ਤਾਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਸਿੱਖ ਜਿਹੜਾ ਕਿ ਬਹੁਤ ਜ਼ਿਆਦਾ ਅਮੀਰ ਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਅਕਸਰ ਹੀ ਆਨੰਦਪੁਰ ਸਾਹਿਬ ਜਾ ਕੇ ਆਪਣੀ ਕਮਾਈ ਦਾ ਜੋ 10ਵਾਂ ਹਿੱਸਾ ਸੀ ਗੁਰੂ ਸਾਹਿਬ ਨੂੰ ਬੜੀ ਸ਼ਰਧਾ ਨਾਲ ਭੇਂਟ ਕਰਦਾ ਇੱਕ ਵਾਰ ਕੀ ਹੋਇਆ ਕਿ ਉਸ ਦਾ ਸਮਾਂ ਨਾ ਲੱਗਿਆ ਤਾਂ ਉਸ ਨੇ ਸੋਚਿਆ ਕਿ ਮੈਂ ਆਪਣੇ ਪੁੱਤ ਨੂੰ ਭੇਜ ਦਿੰਦਾ ਹਾਂ ਇੱਕ ਤਾਂ ਇਹ ਗੁਰੂ ਸਾਹਿਬ ਦੇ ਦਰਸ਼ਨ ਕਰ ਲਵੇਗਾ ਤੇ ਸਿੱਖੀ ਵਿੱਚ ਪਰਪੱਕ ਹੋ ਜਾਵੇਗਾ ਇਸ ਲਈ ਉਸ ਨੇ ਗੁਰੂ ਸਾਹਿਬ ਦਾ ਜੋ ਦਸਵੰਦ ਸੀ ਉਹ ਆਪਣੇ ਪੁੱਤਰ ਹੱਤ ਅਨੰਦਪੁਰ ਸਾਹਿਬ ਲਈ ਭੇਜ ਦਿੱਤਾ ਸਿੱਖ ਦਾ ਪੁੱਤਰ ਮਹਿੰਗੀਆਂ ਵਸਤੂਆਂ ਤੇ ਧਨ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਪੁੱਜਾ ਤੇ ਮਹਾਰਾਜ ਜੀ ਨੂੰ ਉਹ ਵਸਤਰ ਜੋ ਉਹਦੇ ਪਿਤਾ ਨੇ ਭੇਜੇ ਸਨ ਉਹ ਭੇਟ ਕੀਤੇ ਤੇ ਬਚਨ ਮਹਾਰਾਜ ਦੇ ਦੀਵਾਨ ਵਿੱਚ ਬੈ ਕੇ ਸੁਨੇ ਭਾਵੇਂ ਉਸਨੇ ਬਚਨ ਮਹਾਰਾਜ ਦੇ ਸੁਨੇ ਪਰੰਤੂ ਥੋੜਾ ਨਾਸਤਿਕ ਵਿਰਤੇ ਦਾ ਹੋਣ ਕਰਕੇ ਉਸਤੇ ਮਹਾਰਾਜੇ ਦੇ ਬਚਨ ਦਾ ਕੋਈ ਅਸਰ ਨਹੀਂ ਪਿਆ ਸਤਿਗੁਰੂ ਵੀ ਤਦ ਹੀ ਕਿਰਪਾ ਕਰਦੇ ਹਨ ਜਦੋਂ ਅਸੀਂ ਮਹਾਰਾਜ ਦੇ ਬਚਨ ਮੰਨਦੇ ਹਾਂ ਜਿਸ ਤਰ੍ਹਾਂ ਬਾਸਤੇ ਇੱਕ ਵਾਸਿਓ ਫੂਕ ਮਾਰਦੀਆਂ ਤਾਂ ਦੂਜੇ ਪਾਸੇ ਨਿਕਲ ਜਾਂਦੀ ਹੈ ਜੋ ਨਾਸਤਿਕ ਬਿਰਤੀ ਲੋਕ ਹੁੰਦੇ ਹਨ ਉਹ ਵੀ ਬਿਲਕੁਲ ਉਸੇ ਤਰ੍ਹਾਂ ਹੁੰਦੇ ਹਨ ਮਹਾਰਾਜ ਜੀ ਨੇ ਉਸ ਦੀਆਂ ਭੇਟਾਂ ਸਬਕਾਰ ਕੀਤੀਆਂ ਤੇ ਉਸ ਨੂੰ ਉਹਨਾਂ ਭੇਟਾਂ ਦੇ ਬਦਲੇ ਆਪਣਾ ਹੱਥ ਦਾ ਇੱਕ ਕੜਾ ਦੇ ਦਿੱਤਾ ਤੇ ਉਸ ਨੂੰ ਆਗਿਆ ਦੇ ਦਿੱਤੀ ਕਿ ਤੁਹਾਨੂੰ ਖੁਸ਼ੀਆਂ ਨੇ ਤੁਸੀਂ ਘਰ ਜਾ ਸਕਦੇ ਹੋ ਉਸ ਅਮੀਰ ਸਿੱਖ ਦਾ ਪੁੱਤ ਸੋਚ ਰਿਹਾ ਸੀ ਕਿ ਮੇਰਾ ਪਿਤਾ ਕਿੱਡਾ ਮੂਰਖ ਹੈ ਜਿਸ ਗੁਰੂ ਦੇ ਪਿੱਛੇ ਲੱਗਿਆ ਹੋਇਆ ਹੈ ਅਸੀਂ ਇੰਨੀਆਂ ਮਹਿੰਗੀਆਂ ਵਸਤੂਆਂ ਤੇ ਧਨ ਦੌਲਤ ਗੁਰੂ ਸਾਹਿਬ ਨੂੰ ਦਿੱਤੀ ਤੇ ਸਾਨੂੰ ਬਦਲੇ ਵਿੱਚ ਕੀ ਮਿਲਿਆ ਇੱਕ ਲੋਹੇ ਦਾ ਕੜਾ ਤੇ ਪ੍ਰਸ਼ਾਦ ਉਹ ਇਹ ਗੱਲਾਂ ਸੋਚਦਾ ਸੋਚਦਾ ਵਾਪਸ ਘਰ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਰਾਤ ਪੈ ਗਈ ਤਾਂ ਉਸਨੇ ਇੱਕ ਸਿੱਖ ਦੇ ਘਰ ਠਹਿਰਨ ਦਾ ਪ੍ਰਬੰਧ ਕੀਤਾ ਸਿੱਖ ਨੇ ਉਸ ਦੀ ਆਉ ਭਾਤ ਕੀਤੀ ਕਿਉਂਕਿ ਸਿੱਖ ਜਾਣਦਾ ਸੀ ਕਿ ਅਨੰਦਾ ਦੀਪੁਰੇ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ ਹੋਇਆ ਹੈ ਜਦੋਂ ਉਸ ਅਮੀਰ ਸਿੱਖ ਦਾ ਲड़का ਥੋੜਾ ਸੋਚੀ ਪਿਆ ਹੋਇਆ ਸੀ ਤਦ ਸਿੱਖ ਨੇ ਉਸ ਨੂੰ ਪੁੱਛਿਆ ਕਿ ਪੁੱਤ ਕੀ ਹੋਇਆ ਤੂੰ ਇੰਨਾ ਉਦਾਸ ਕਿਉਂ ਹੋ ਤਦ ਉਸ ਨੇ ਸਾਰੀ ਗੱਲ ਦੱਸੀ ਕਿ ਮੇਰੇ ਪਿਤਾ ਜੀ ਨੇ ਮਹਿੰਗੀਆਂ ਵਸਤੂਆਂ ਤੇ ਹੋਰ ਤਾਂ ਦੌਲਤ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਦਿੱਤਾ ਸੀ ਪਰantu ਬਦਲੇ ਵਿੱਚ ਗੁਰੂ ਸਾਹਿਬ ਨੇ ਸਿਰਫ ਇੱਕ ਮੈਨੂੰ ਕੜਾ ਦਿੱਤਾ ਹੈ। ਇਸ ਦਾ ਕੀ ਮੁੱਲ ਹੈ? ਮੇਰਾ ਪਿਤਾ ਵੀ ਕਮਲਾ ਹੈ ਜੋ ਧਨ-ਦੌਲਤ ਤੋਂ ਸਨੇ ਵਪਾਰ ਵਿੱਚ ਲਾਏ ਹੁੰਦੇ ਤਾਂ ਦੁੱਗਣਾ ਤਿਕਣਾ ਮੁਨਾਫਾ ਕਰਕੇ ਅਸੀਂ ਪੈਸਾ ਘਰ ਜੋੜਿਆ ਹੁੰਦਾ। ਤਦ ਉਸ ਇੱਕ ਸਮਝਿਆ ਕਿ ਇਹ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਇਆ ਹੈ ਪਰ ਹੈ ਨਾਸਤਿਕ ਵਰਤੀ ਦਾ। ਤਦ ਉਸ ਨੇ ਕਿਹਾ ਕਿ ਪੁੱਤ ਇਹ ਦੱਸ ਤੂੰ ਇਹ ਕੜਾ ਕਿੰਨੇ ਦਾ ਵੇਚਣਾ ਹੈ? ਤਾਂ ਉਸ ਅਮੀਰ ਦੇ ਲੜਕੇ ਨੇ ਕਿਹਾ ਕਿ 500 ਰੁਪਏ ਦਾ ਤਾਂ ਸਿੱਖ ਨਹੀਂ ਕੀਤਾ ਭਾਵੇਂ ਉਸ ਕੋਲੇ ਇਹਦੇ ਪੈਸੇ ਨਹੀਂ ਸਨ ਉਸਨੇ ਆਪਣੇ ਘਰ ਦੀਆਂ ਚੀਜ਼ਾਂ ਸਸਤੇ ਭਾਅ ਵੇਚ ਦਿੱਤੀਆਂ ਕੁਝ ਪੈਸਾ ਕਿਸੇ ਤੋਂ ਉਧਾਰ ਫੜ ਲਿਆ ਤੇ ਉਸ ਲੜਕੇ ਨੂੰ ਕਿਹਾ ਕਿ ਪੁੱਤ ਇਹ ਕੜਾ ਮੈਨੂੰ ਦੇ ਦੇ ਤੇ ਆ ਲੈ ਆਪਣੇ 500 ਰੁਪਏ 500 ਰੁਪਏ ਲੈ ਕੇ ਜਦੋਂ ਦੂਜੇ ਦਿਨ ਘਰ ਨੂੰ ਆ ਰਿਹਾ ਸੀ ਤਾਂ ਉਸਨੇ ਸੋਚਿਆ ਕਿ ਮੈਂ ਤਾਂ ਆਪਣੇ ਪਿਤਾ ਨੂੰ ਮੂਰਖ ਕਹਿੰਦਾ ਸੀ ਮੇਰੇ ਪਿਤਾ ਦੇ ਬਹੁਤ ਵੱਡੇ ਮੂਰਖ ਲੋਕ ਬੈਠੇ ਹਨ ਇੱਕ ਆਮ ਆਮਲੀ ਜੀ ਲੋਹੇ ਦੇ ਕੜੇ ਦੇ ਇਹ ਸਿੱਖ ਨੇ ਮੈਨੂੰ 500 ਰੁਪਏ ਦੇ ਦਿੱਤੇ ਇਸ ਤਰ੍ਹਾਂ ਉਹ ਘਰ ਤੋਂ ਜਾਂਦਾ ਜਾਂਦਾ ਰਸਤੇ ਵਿੱਚ ਵਪਾਰ ਕਰਦਾ ਗਿਆ ਤੇ 500 ਦੇ 1500 ਰੁਪਏ ਬਣਾ ਕੇ ਆਪਣੇ ਪਿਤਾ ਦੀ ਝੋਲੀ ਪਾ ਦਿੱਤੇ ਪਿਤਾ ਨੇ ਪੁੱਛਿਆ ਕਿ ਗੁਰੂ ਸਾਹਿਬ ਨੇ ਪੇਟਾ ਦੇ ਬਦਲੇ ਤੁਹਾਨੂੰ ਕੀ ਦਿੱਤਾ ਹੈ ਤਾਂ ਉਸਨੇ ਜੱਸਿਆ ਕਿ ਗੁਰੂ ਸਾਹਿਬ ਨੇ ਮੈਨੂੰ ਆਪਣੇ ਹੱਥ ਦਾ ਕੜਾ ਦਿੱਤਾ ਸੀ ਤੋ ਕੜਾ ਕਿਸੇ ਸਿੱਖ ਨੂੰ ਮੈਂ 500 ਰੁਪਏ ਵਿੱਚ ਵੇਚ ਦਿੱਤਾ ਤੇ ਉਹ 500 ਰੁਪਏ ਤੋਂ ਮੈਂ 1500 ਬਣਾ ਲਏ ਦੇਖ ਲਓ ਪਿਤਾ ਜੀ ਐਦਾਂ ਵਪਾਰ ਕਰਦੇ ਹਨ ਪਿਤਾ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਕਿਹਾ ਉਹ ਮੂਰਖਾ ਤੂੰ ਗੁਰੂ ਸਾਹਿਬ ਦੀ ਦਿੱਤੀ ਹੋ ਬਖਸ਼ੀਸ਼ 500 ਰੁਪਏ ਵਿੱਚ ਵੇਚ ਆਇਆ ਉਹ ਅਨਮੋਲ ਸੀ ਉਹਦਾ ਕੋਈ ਮੋਲ ਨਹੀਂ ਸੀ ਉਹ ਗੁਰੂ ਸਾਹਿਬ ਨੇ ਆਪਣੇ ਤੇ ਕਿਰਪਾ ਕੀਤੀ ਸੀ ਪਰ ਪੁੱਤ ਜੋ ਨਾਸਤਿਕ ਕਿਸਮ ਦਾ ਸੀ ਉਸ ਤੇ ਕੋਈ ਅਸਰ ਨਾ ਹੋਇਆ ਦਨੇ ਬੀਤੇ ਗਏ ਜਿਸ ਨੇ ਸਿੱਖਨੇ ਗੁਰੂ ਸਾਹਿਬ ਦਾ ਕੜਾ ਖਰੀਦਿਆ ਸੀ ਉਹ ਇਲਾਕੇ ਵਿੱਚ ਬਹੁਤ ਜ਼ਿਆਦਾ ਅਮੀਰ ਹੋ ਗਿਆ ਤੇ ਲੋਕ ਉਸ ਨੂੰ ਸੇਠ ਜੀ ਕਹਿਣ ਲੱਗੇ ਤੇ ਜਿਸ ਨਾਸਿਕ ਬਿਰਤੀ ਦੇ ਲੜਕੇ ਨੇ ਗੁਰੂ ਸਾਹਿਬ ਦਾ ਕੜਾ ਵੇਚਿਆ ਸੀ ਉਹ ਇੰਨੇ ਗਰੀਬ ਹੋ ਗਏ ਕਿ ਰੋਟੀ ਤੋਂ ਵੀ ਮੁਤਾਜ ਹੋ ਗਏ ਫਿਰ ਜਾ ਕੇ ਉਸ ਨੂੰ ਪਤਾ ਲੱਗਿਆ ਕਿ ਮੈਂ ਕੀ ਗਲਤੀ ਕੀਤੀ ਹੈ ਤਾਂ ਦੋਸ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਮੈਨੂੰ ਅਨੰਦਪੁਰ ਸਾਹਿਬ ਲੈ ਚੱਲੋ ਮੈਂ ਗੁਰੂ ਸਾਹਿਬ ਤੋਂ ਮਾਫੀ ਮੰਗਣੀ ਹੈ ਜੋ ਦੁਆਰਾ ਗੁਰੂ ਸਾਹਿਬ ਦੇ ਦਰ ਤੇ ਪਹੁੰਚਿਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਮਾਫ ਕੀਤਾ ਅਤੇ ਕਿਹਾ ਕਿ ਗੁਰੂ ਕੋਈ ਵੀ ਭੇਟਾ ਕਰਦਾ ਹੈ ਉਸ ਤੇ ਸ਼ਰਧਾ ਰੱਖ ਕੇ ਉਸ ਨੂੰ ਸਬਕਾਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਤੋਂ ਅੱਗੇ ਲੈ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਉਸ ਨੇ ਫਿਰ ਤੋਂ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਲਾ ਕੇ